ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ ਧਮਕ ਬੇਸਵਾਲਾ ਜੀ ਨੂੰ ਕਹਿੰਦੇ ਨੇ। ਉਹਨਾਂ ਦੇ ਪਿਛਲੇ ਸਮੇਂ ਅਸੀਂ ਉਹਨਾਂ ਦੇ ਘਰ ਗਏ ਸੀ ਅਤੇ ਉਹਨਾਂ ਨੂੰ ਆਪਣੇ ਨਾਲ ਲੈ ਕੇ ਆਏ ਹਾਂ ਔਰ ਉਹਦੀ ਜ਼ਿੰਮੇਵਾਰੀ ਚੱਕੀ ਹੈ ਕਿ ਉਹ ਜਿਸ ਤਰੀਕੇ ਦੀ ਉਹਦੀ ਹਾਲਤ ਆ ਉਹਨੂੰ ਸੁਧਾਰ ਕੇ ਐਜ਼ ਏ ਗੁਰਸਿੱਖ ਦੁਨੀਆ ਦੇ ਸਾਹਮਣੇ ਲੈ ਕੇ ਆਵਾਂਗੇ। ਉਹਦੇ ਸੰਬੰਧ ਵਿੱਚ ਜਦੋਂ ਉਹਦੇ ਪਰਿਵਾਰ ਨਾਲ ਗੱਲ ਕੀਤੀ ਜਾਂ ਉਹਦੇ ਖੁਦ ਨਾਲ ਗੱਲ ਕੀਤੀ ਹੈ ਤਾਂ ਬਹੁਤ ਗੱਲਾਂ ਸਾਹਮਣੇ ਆਈਆਂ ਕਿ ਇਸ ਹਾਲਤ ਦੇ ਵਿੱਚ ਲਿਆਉਣ ਵਾਲੇ ਉਹ ਲੋਕ ਨੇ ਜਿਨ੍ਹਾਂ ਲੋਕਾਂ ਨੇ ਉਹਨੂੰ ਆਪਣੇ ਨਿੱਜਾਂ ਵਾਸਤੇ ਵਰਤਿਆ। ਅੱਜ ਲਗਾਤਾਰ ਉਹਨੂੰ ਇੱਕ ਦਿਨ ਦੇ ਵਿੱਚ ਦੋ ਦੋ ਤਿੰਨ ਤਿੰਨ ਵਾਰੀ ਜਿਹੜਾ ਉਹਨੂੰ ਮਿਰਗੀ ਦੇ ਅਟੈਕ ਆ ਰਹੇ ਆ, ਉਹਦੀ ਮੈਡੀਸਿਨ ਚੱਲਦੀ ਪਈ ਆ। ਮਾਰ ਕੁਟਾਈ ਤੋਂ ਬਾਅਦ ਜਿਹੜਾ ਵਾ ਉਸ ਚੀਜ਼ ਜ਼ਿਆਦਾ ਜ਼ੋਰ ਫੜ ਗਈ ਹੈ, ਕਿਤੇ ਨਾ ਕਿਤੇ ਉਹ ਸਦਮਾ ਜ਼ਿਆਦਾ ਡੂੰਘਾ ਲੱਗ ਗਿਆ, ਗਹਿਰਾ ਸਦਮਾ, ਡਬਲ ਸਦਮਾ ਲੱਗ ਗਿਆ ਉਸ ਬੰਦੇ ਨੂੰ। ਅਤੇ ਇਸ ਕਰਕੇ ਉਹਨੂੰ ਕੋਟਾ ਕਚਹਿਰੀਆਂ ਦੀ ਨਜ਼ਾਕਤ ਦਵਾਈ ਅਤੇ ਸਾਂਝੇ ਤੌਰ 'ਤੇ ਜਿਹੜਾ ਦਾ ਫੈਸਲਾ ਕਰਾ ਦਿੱਤਾ ਗਿਆ। ਹੁਣ ਇਹ ਤੁਹਾਨੂੰ ਭੈਣ ਭਰਾਵਾਂ ਨੂੰ ਬੇਨਤੀ ਤਾਂ ਕੀਤੀ ਹੈ ਕਿ ਖਾਸ ਕਰਕੇ ਉਹ ਆਪਣੇ ਕੰਨਾਂ ਦੇ ਪਰਦੇ ਚੰਗੀ ਤਰ੍ਹਾਂ ਖੁੱਲ੍ਹ ਕੇ ਸੁਣ ਲੈਣ ਭਾਈ, ਜਿਨ੍ਹਾਂ ਨੇ ਉਹਨੂੰ ਆਪਣੇ ਨਿੱਜਾਂ ਵਾਸਤੇ ਵਰਤਿਆ ਅਤੇ ਵਰਤ ਕੇ ਤੁਸੀਂ ਉਹਨੂੰ ਇੱਦਾਂ ਸੁੱਟਿਆ ਜਿੱਦਾਂ ਨੈਪਕਿਨ ਨੂੰ ਯੂਜ਼ ਕਰਕੇ ਸੁੱਟ ਦੇਈਦਾ, ਪਰ ਤੁਹਾਨੂੰ ਸ਼ਰਮ ਨਾ ਦੀ ਤੁਹਾਨੂੰ ਮੇਰੇ ਖਿਆਲ ਨਾਲ ਚੀਜ਼ ਨਹੀਂ ਆ। ਤੁਸੀਂ ਇਨਸਾਨੀਅਤ ਤੁਹਾਡੇ ਵਿੱਚੋਂ ਮਰ ਗਈ ਹੈ। ਸਟੇਜਾਂ ਦੇ ਉੱਪਰ ਤੁਸੀਂ ਵਾਰਸ ਅਖਵਾਉਂਦੇ ਹੋ ਪੰਜਾਬ ਦੇ ਆਪਣੇ ਆਪ ਨੂੰ ਗੀਤਾਂ ਦੇ ਵਿੱਚ, ਗੀਤਾਂ ਦੇ ਵਿੱਚ ਪੰਜਾਬ ਦੇ ਚਹੀਤਾ ਆਪਣੇ ਆਪ ਨੂੰ ਤੁਸੀਂ ਵਿਖਾਉਂਦੇ ਹੋ ਕਿ ਸਾਡੇ ਤੋਂ ਵੱਡਾ ਤਾਂ ਪੰਜਾਬੀ ਕੋਈ ਨਹੀਂ, ਪੰਜਾਬ ਦੀ ਸੱਭਿਆਚਾਰਕ ਦੀ ਸੇਵਾ ਕਰਨ ਵਾਲਾ ਕੋਈ ਨਹੀਂ, ਪਰ ਇਨਸਾਨੀਅਤ ਤੁਹਾਡੇ ਵਿੱਚੋਂ ਬਿਲਕੁਲ ਖਤਮ ਹੋ ਚੁੱਕੀ ਹੈ। ਉਸ ਬੱਚੇ ਦੇ ਜ਼ਬਾਨੀ ਇਹ ਸਾਰਾ ਕੁਝ ਬਿਆਨ ਕੀਤਾ ਗਿਆ ਵਾ ਕਿ ਉੱਥੇ ਮੇਰੇ ਨਾਲ ਕਿਸ ਤਰੀਕੇ ਦਾ ਵਿਹਾਰ ਹੁੰਦਾ ਗਿਆ ਔਰ ਕਿਸ ਤਰੀਕੇ ਦੇ ਨਾਲ ਮੇਰੀ ਜਿਹੜੀ ਆ ਦੁਰਗਤੀ ਹੋਈ। ਉਹਨਾਂ ਲੋਕਾਂ ਨੂੰ ਸਿੱਧਾ ਸਿੱਧਾ ਮੈਸੇਜ ਆ, ਭਾਈ ਤੁਸੀਂ ਉਹਨਾਂ ਦੇ ਨਾਲ ਵਾਅਦਾ ਕੀਤਾ ਸੀ ਕਿ ਤੁਹਾਡਾ ਘਰ ਬਾਰ ਬਣਾਵਾਂਗੇ, ਤੁਸੀਂ ਉਸ ਬੱਚੇ ਦੇ ਸਿਰ ਤੋਂ ਆਪ ਅਤੇ ਦੇਸ਼ਾਂ ਵਿਦੇਸ਼ਾਂ ਦੀਆਂ ਸ਼ਹਿਰਾਂ ਕਰ ਰਹੇ ਹੋ, ਉਸ ਵਿਚਾਰੇ ਕੋਲ ਦਵਾਈ ਜੋਗੇ ਵੀ ਪੈਸੇ ਨਹੀਂ। ਉਹ ਇਕੱਲੀ ਇਕੱਲੀ ਮਾਂ ਦਾ ਇਕੱਲਾ ਇਕੱਲਾ ਪੁੱਤ ਹੈ ਭਾਈ, ਇਕੱਲੀ ਭੈਣ ਦਾ ਇਕੱਲਾ ਭਰਾ ਹੈ। ਇਸ ਕਰਕੇ ਇਨਸਾਨੀਅਤ ਤੌਰ 'ਤੇ ਅਜੇ ਗੁਰਸਿੱਖ ਹੋਣ ਦੇ ਨਾਤੇ ਉਸ ਪਰਿਵਾਰ ਦੇ ਨਾਲ ਖੜ੍ਹੇ ਹਾਂ। ਉਹਦਾ ਬਣਦਾ ਹੱਕ ਜਿਹੜਾ ਵਾ 15-20 ਦਿਨ ਦੇ ਅੰਦਰ ਅੰਦਰ ਉਹਦੇ ਪਿੰਡ ਪਹੁੰਚਾ ਦਿਓ, ਉਹਦੇ ਘਰਦਿਆਂ ਦੀ ਤਲੀ 'ਤੇ ਰੱਖ ਦਿਓ। ਤੁਸੀਂ ਉਹਦੇ ਘਰ ਦਾ ਵਾਅਦਾ ਕੀਤਾ ਸੀ, ਉਹਦੇ ਸਿਆਲ ਆ ਗਿਆ ਭਾਈ, ਉਹਦੇ ਘਰ ਦਰਵਾਜ਼ੇ ਜਾ ਕੇ ਦੇਖੋ, ਦਰਵਾਜ਼ਾ ਨਹੀਂ ਲੱਗਿਆ, ਉਹਦੇ ਘਰ ਦਰਵਾਜ਼ਾ ਤੱਕ ਨਹੀਂ ਲੱਗਾ, ਅੰਦਰ ਥੱਲੇ ਫਰਸ਼ ਤੱਕ ਨਹੀਂ ਪਿਆ। ਵਾਅਦੇ ਕਿੰਨਾ ਵੱਲੋਂ ਕੀਤੇ? ਵਾਅਦੇ ਇਹਨਾਂ ਵੱਲੋਂ ਕੀਤੇ ਗਏ ਸੀ, ਜਿਹੜੇ ਇੱਕ ਬੰਦਾ ਨਹੀਂ ਆ, ਅਨੇਕ ਬੰਦੇ ਆ, ਕੋਈ ਕੰਪਨੀਆਂ ਵਾਲੇ ਆ, ਕੁਝ ਕਲਾਕਾਰ ਆ, ਕਿਸੇ ਬੀਬੀ ਦਾ ਵੀ ਨਾਮ ਲੈਂਦਾ ਉਹਨਾਂ ਨੂੰ, ਕੌਣ ਸੋਨੀ ਮਾਨ ਖਾਸ ਕਰਕੇ, ਜਿਹਦੇ ਕਰਕੇ ਮੇਰੇ ਖਿਆਲ ਜ਼ਿਆਦਾ ਉਹ ਸਦਮੇ 'ਚ ਗਿਆ, ਉਹਨਾਂ ਨੂੰ ਬਾਠ ਕੋਈ ਬਾਠ ਕਹਿੰਦੇ ਨੇ ਕੋਈ ਕੰਪਨੀ ਵਾਲੇ। ਹੁਣ ਭਾਈ ਇੱਕ ਗੱਲ ਆ, ਅਸੀਂ ਤਾਂ ਵੇਖੋ ਸਿੰਘਾਂ ਦੀ ਬੇਨਤੀ ਬੰਦ ਨਹੀਂ, ਸਿੰਘਾਂ ਦਾ ਤਾਂ ਬੇਨਤਾ ਹੀ ਹੁੰਦਾ, ਅਤੇ ਸਾਡਾ ਬੇਨਤਾ ਤੁਹਾਨੂੰ ਕਿ 15-20 ਦਿਨ ਦੇ ਅੰਦਰ ਅੰਦਰ ਇਨਸਾਨੀਅਤ ਨੂੰ ਜਗਾਉਂਦੇ ਹੋਏ ਆਪਣੇ ਆਪ ਨੂੰ ਜੇ ਸਿੱਖਾਂ ਦੇ ਬੱਚੇ ਖਵਾਉਂਦੇ ਹੋ ਨਾ, ਤਾਂ ਲੱਜਾ ਕਰੋ, ਸ਼ਰਮ ਕਰੋ ਥੋੜ੍ਹੀ ਜੀ, ਅਤੇ ਆਣ ਕੇ ਉਸ ਬੱਚੇ ਦੇ ਸਿਰ 'ਤੇ ਹੱਥ ਰੱਖੋ। ਅਤੇ ਉਹਨੂੰ ਨਾਲ ਤਾਂ ਆਪਾਂ ਹੁਣ ਤੁਹਾਨੂੰ ਲੈ ਕੇ ਨਹੀਂ ਜਾਣ ਦੇਣਾ, ਪਰ ਉਹਦੇ ਘਰ ਦਾ ਜਿਹੜਾ ਕੰਮ ਕਾਰ ਕੋਈ ਹੋਣ ਵਾਲਾ ਨਾ, ਉਹਦੀ ਆਰਥਿਕ ਜਿਹੜੀ ਹਾਲਤ ਆ ਉਹ ਸੁਧਾਰਨ ਦੇ ਵਿੱਚ ਆਪਾਂ ਰਲ ਮਿਲ ਕੋਸ਼ਿਸ਼ ਕਰੀਏ। ਜੇਕਰ ਉਹਦਾ ਹੱਕ ਦਿਵਾਉਣ ਕਰਕੇ ਸਾਨੂੰ ਤੁਹਾਡੇ ਨਾਲ ਉਲਝਣਾ ਪਿਆ ਨਾ, ਕਿਸੇ ਨੂੰ ਖੜਕਾਉਣਾ ਵੀ ਪਿਆ, ਤਾਂ ਇੱਦਾਂ ਖੜਕਾਵਾਂਗੇ ਜਿੱਦਾਂ ਆਲਮ ਲੁਹਾਰ ਦਾ ਚੁੰਮਟਾ ਖੜਕਾਈਦਾ। ਇਹ ਆਪਣੇ ਦਿਮਾਗ ਦੇ ਵਿੱਚੋਂ ਚੰਗੀ ਤਰ੍ਹਾਂ ਕੱਢ ਦਿਓ। ਹੁਣ ਇਕੱਲੇ ਇਕੱਲੇ ਕੋਲ ਜਾਵਾਂਗੇ, ਚਾਹੇ ਕੋਈ ਡਾਇਰੈਕਟਰ ਆ, ਚਾਹੇ ਕੋਈ ਪ੍ਰੋਡਿਊਸਰ ਆ, ਚਾਹੇ ਕੋਈ ਸਿੰਗਰ ਆ, ਜਿੰਨੇ ਜਿਹੜਾ ਮੰਤਰੀ ਜਦੋਂ ਵੀ ਠੀਕ ਹੁੰਦਾ ਉਹਨੇ ਨਾਮ ਦੱਸਿਆ, ਇਕੱਲੇ ਇਕੱਲੇ ਕੋ ਇੱਕ ਇੱਕ ਕਰਕੇ ਉਹਦੇ ਘਰ ਪਹੁੰਚ ਵੀ ਕਰਾਂਗੇ, ਉਹ ਜਿੱਥੇ ਮਰਜ਼ੀ ਬੈਠਾ ਹੋਵੇ ਉਹਦੇ ਕੋਲ ਜਾਵਾਂਗੇ, ਅਤੇ ਉਹਦਾ ਬਣਦਾ ਹੱਕ ਜਾ ਕੇ ਤੁਹਾਡੇ ਕੋਲ ਮੰਗਾਂਗੇ। ਅੱਗੋਂ ਕੋਈ ਕਿਸੇ ਕਿਸਮ ਦੀ ਕੋਈ ਆਨਾਕਾਨੀ ਕੀਤੀ,
ਜਾਂ ਕਿਸੇ ਨੂੰ ਉਲਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮੰਤਰੀ ਸੀ, ਉਹ ਉਲਝ ਗਿਆ। ਇਹ ਗੁਰੂ ਦਾ ਖਾਲਸਾ ਹੈ, ਇਹਦੇ ਨਾਲ ਉਲਝਣ ਦੀ ਕੋਸ਼ਿਸ਼ ਨਾ ਕਰਿਓ। ਤੁਹਾਡੇ ਹੱਥਾਂ ਅਸੰਘ ਹੱਥ ਪੱਥ ਪਾ ਕੇ ਨਾ ਤੁਹਾਡੇ ਆਂਦਰਾਂ 'ਚੋਂ ਵੀ ਤਾਂ ਬਣਦਾ ਜਿਹੜਾ ਹੱਕ ਕੱਢ ਕੇ ਛੱਡਾਂਗੇ। ਮੇਰੀ ਗੱਲ ਯਾਦ ਰੱਖੋ, ਦੇਖੋ ਲੱਗਦਾ ਨਹੀਂ ਭਾਅ ਜੀ, ਉਹਨੂੰ ਇਸਤੇਮਾਲ ਹੀ ਕੀਤਾ ਗਿਆ। ਪਰ ਇਹ ਸਾਰੇ ਭੈਣ ਭਰਾ ਦੇਖੋ, ਨਾ ਤਾਂ ਅਸੀਂ ਕੋਈ ਗੀਤਕਾਰ ਸਾਡੀ ਕੰਪਨੀ ਆ, ਨਾ ਕੋਈ ਸਾਡੀ ਗੀਤਕਾਰ ਨਾਲ ਦੂਰ ਦੂਰ ਤੱਕ ਵਾਹ ਵਾਸਤਾ, ਸਾਨੂੰ ਉਹਦੇ ਤੋਂ ਲਾਲਚ ਨਹੀਂ। ਬਿਨਾਂ ਲਾਲਚ ਤੋਂ ਇਨਸਾਨੀਅਤ ਤੌਰ ਦੇ ਨਾਤੇ ਇਹ ਸਾਰੇ ਸਿੱਖ ਭੈਣ ਭਰਾ ਉਹਦੇ ਨਾਲ ਇਕੱਠੇ ਹੋਏ ਆ। ਇਹ ਪੰਜਾਬ ਆ ਅਤੇ ਪੰਜਾਬ ਦੀ ਧਰਤੀ ਤੋਂ ਕਦੇ ਵੀ ਇਨਸਾਨੀਅਤ ਖਤਮ ਨਹੀਂ ਹੁੰਦੀ, ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਗੇ ਆ ਜਾਂਦੀ ਹੈ। ਸਾਰੇ ਭੈਣ ਭਰਾਵਾਂ ਦੇ ਪਰਮਾਤਮਾ ਵੱਲ ਡਿਊਟੀ ਲਾਈ ਹੈ, ਅਸੀਂ ਲੱਗ ਗਏ ਹਾਂ। ਲੇਕਿਨ ਜਿਨ੍ਹਾਂ ਨੇ ਉਹਦਾ ਹੱਕ ਖਾਧਾ, ਇੱਕ ਵਾਰੀ ਉਹਨਾਂ ਨੂੰ ਇਹ ਸਾਡੀ ਬੇਨਤੀ ਰੂਪੀ ਹੈ ਕਿ ਬੰਦੇ ਦੇ ਪੁੱਤ ਬਣ ਕੇ ਉਹਦਾ ਹੱਕ ਦੇ ਦਿਓ, ਨਹੀਂ ਤਾਂ ਉਸ ਤੋਂ ਬਾਅਦ 15 ਕਦਰਾਂ ਬਾਅਦ ਤੁਹਾਨੂੰ ਇਕੱਲੇ ਕਦੇ ਨੂੰ ਆਪਾਂ ਲੱਭ ਹੀ ਲੈਣਾ ਅਤੇ ਫਿਰ ਤੁਹਾਨੂੰ ਅਸੀਂ ਆਪ ਪੁੱਛਾਂਗੇ। ਉਹਦੀ ਮੈਡੀਸਨ ਕਿੱਥੋਂ ਚੱਲ ਰਹੀ ਹੈ ਅਤੇ ਤੁਹਾਡੇ ਵੱਲੋਂ ਉਹਨਾਂ ਦੀ ਕਿਵੇਂ ਮਦਦ ਕੀਤੀ ਜਾ ਰਹੀ ਹੈ? ਉਹਦੀ ਮੈਡੀਸਨ ਮੈਂਟਲ ਹੋਸਪਿਟਲ ਚੱਲਦੀ ਪਈ ਹੈ ਅਤੇ ਅਸੀਂ ਉਹਦੀ ਮਾਨਸਿਕ ਹਾਲ, ਉਹਦੀ ਆਰਥਿਕ ਹਾਲਾਤ ਜਿੱਦਾਂ ਵੀ ਸੰਭਵ ਹੋ ਸਕੇ ਉਹ ਸਾਰਾ ਜਿਹੜਾ ਵਾ ਉਹ ਕਰਾਂਗੇ। ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਾਹਿਬ, ਜਿਨ੍ਹਾਂ ਨੇ ਉਸ ਬੱਚੇ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਿਆ, ਆਪਣੇ ਦਲ ਪੰਥ ਦੇ ਵਿੱਚ ਉਹਨਾਂ ਨੂੰ ਜਗ੍ਹਾ ਦਿੱਤੀ। ਰਾਤੀ ਮੈਂ ਆਪ ਖੁਦ ਜਾ ਕੇ, ਮੇਰੇ ਨਾਲ ਜਗਤਾਰ ਭਾਅ ਜੀ ਸੀ, ਹੋਰ ਭੈਣ ਭਰਾ ਮੇਰੇ ਨਾਲ ਸੀ, ਅਤੇ ਉਹਨਾਂ ਨੇ ਬਾਬਾ ਜੀ ਨੇ ਉਹਨਾਂ ਨੂੰ ਰੱਖ ਲਿਆ ਆਪਣੇ ਕੋਲ ਔਰ ਉਹਨਾਂ ਨੂੰ ਆਖਿਆ ਕਿ 9-10 ਹਜ਼ਾਰ ਰੁਪਈਆ ਜਿਹੜਾ ਵਾ ਇਹਨੂੰ ਸੈਲਰੀ ਵੀ ਦਿੱਤੀ ਜਾਏਗੀ ਗੁਰੂ ਘਰ ਦੇ ਨਿਤਨੇਮ ਕਰਨ ਦੀ। ਤਾਂ ਮਹੀਨੇ ਦਾ ਰਾਸ਼ਨ ਜਿਹੜਾ ਵਾ ਉਹਦੇ ਘਰ ਪਹਿਲਾਂ ਵੀ ਪਹੁੰਚਾ ਦਿੱਤਾ ਗਿਆ ਵਾ ਅਤੇ ਹੁਣ ਵੀ ਉਹਦੇ ਘਰ ਰਾਸ਼ਨ ਮਹੀਨੇ ਦਾ ਪਹੁੰਚਾ ਦਿੱਤਾ ਜਾਏਗਾ। ਜਿਹੜਾ ਦਵਾਈ ਦਾਰੂ ਦਾ ਖਰਚਾ ਵਾ ਉਹ ਵੀ ਰਲ ਮਿਲ ਕੇ ਅਸੀਂ ਜਿਹੜਾ ਵਾ ਉਹ ਪੂਰਾ ਕਰਾਂਗੇ। ਜੇਕਰ ਕਿਸੇ ਕਿਸਮ ਦੀ ਕੋਈ ਸਰਕਾਰੀ ਲੀਡਰ ਦੀ ਸਹਾਇਤਾ ਲੈਣ ਦੀ ਲੋੜ ਪੈਂਦੀ ਆ ਤਾਂ ਸਾਡਾ ਭਰਾ ਸਾਡੇ ਨਾਲ ਬੈਠਾ ਸੋਨੂ ਵੀਰ, ਸੋਨੂ ਜੰਡਿਆਲਾ ਵੀਰ, ਇਹਨਾਂ ਨੂੰ ਬੇਨਤੀ ਕੀਤੀ ਆ, ਇਹ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਿਹੜੀ ਆ ਉਹ ਸਾਡੀ ਮਦਦ ਜ਼ਰੂਰ ਕਰਨਗੇ। ਲੇਕਿਨ ਮੰਤਰੀ ਨੂੰ ਆਪਾਂ ਜਿਹੜਾ ਵਾ ਉਹਦੀ ਚੰਗੀ ਸਿਹਤ ਦੀ ਅਰਦਾਸ ਵੀ ਕਰਾਂਗੇ ਅਤੇ ਆਪਾਂ ਉਹ ਯੋਗ ਮਦਦ ਵੀ ਕਰਾਂਗੇ। ਉਹਦੀ ਹੁਣ ਕੀ ਕੰਡੀਸ਼ਨ ਆ? ਉਹਦੇ ਨਾਲ ਬਹੁਤ ਮਾਰਕੁੱਟ ਵੀ ਹੋਈ, ਹੁਣ ਉਹਦੀ ਕੰਡੀਸ਼ਨ ਕੀ ਹੈ? ਉਹਦੀ ਹਾਲਤ ਇਸ ਤਰ੍ਹਾਂ ਵਾ ਕਿ ਵਿੱਚੇ ਹੀ ਉਹ ਠੀਕ ਹੋ ਜਾਂਦਾ ਵਾ ਇੱਕਦਮ, ਲੇਕਿਨ ਜਦੋਂ ਤੁਸੀਂ ਮਤਲਬ ਉਹਦੇ ਸਾਹਮਣੇ ਕੋਈ ਪੁਰਾਣਾ ਸੀਨ ਰੱਖਦੇ ਹੋ ਨਾ ਤਾਂ ਜਦ ਹੀ ਉਹਨੂੰ ਕਿਤੇ ਨਾ ਕਿਤੇ ਮਤਲਬ ਮਿਰਗੀ ਦਾ ਜਿਹੜਾ ਵਾ ਅਟੈਕ ਆ ਜਾਂਦਾ ਵਾ। ਇਸ ਕਰਕੇ ਥੋੜ੍ਹਾ ਉਹਨੂੰ ਇਮੀਡੀਏਟ ਵੀ ਦੂਰ ਰੱਖਿਆ। ਪ੍ਰੋਪਰਲੀ ਡਾਕਟਰ ਸਾਹਿਬ ਕਹਿੰਦੇ ਵੀ ਘੱਟੋ ਘੱਟ 1 ਮਹੀਨਾ ਜਿਹੜਾ ਵਾ ਉਹਨੂੰ ਪ੍ਰੋਪਰਲੀ ਰੈਸਟ ਚਾਹੀਦੀ ਆ, ਕੋਈ ਪੁਰਾਣਾ ਉਹਨੂੰ ਕੋਈ ਸੀਨ ਚੇਤੇ ਨਾ ਕਰਾਇਆ ਜਾਵੇ। ਇਸ ਕਰਕੇ ਜਿਹੜਾ ਵਾ ਉਹਨੂੰ ਤੁਹਾਡੇ ਸਾਹਮਣੇ ਵੀ ਅਸੀਂ ਨਹੀਂ ਰੱਖ ਰਹੇ। ਜਦੋਂ ਦੀ ਹਾਲਤ ਸੁਧਰਦੀ ਆ ਉਹ ਤੁਹਾਡੇ ਸਾਡੇ ਭੈਣ ਭਰਾਵਾਂ ਦੇ ਆਪ ਖੁਦ ਅੱਗੇ ਆ ਕੇ ਤੁਹਾਨੂੰ ਦੱਸੇਗਾ ਵੀ ਕਿੰਨੇ ਕਿੰਨੇ ਮੇਰੇ ਨਾਲ ਕੀ ਮਾੜਾ ਕੀਤਾ। ਜਿਨ੍ਹਾਂ ਦਾ ਨਾਮ ਲਿੱਤੇ ਜਾ ਰਹੇ ਆ ਉਹਦੇ ਕੋਲ ਕਿਸ ਤਰ੍ਹਾਂ ਦਾ ਕੰਮ ਕਰਵਾਉਂਦੇ ਰਹੇ ਨੇ? ਦੇਖੋ ਉਹਦੇ ਕਹਿਣ ਮੁਤਾਬਕ ਕਹਿੰਦਾ ਕਿ ਮੈਂ ਘਰ 'ਚ ਪੋਚੇ ਵੀ ਲਾਉਂਦਾ ਰਿਹਾ, ਬਰਤਨ ਵੀ ਸਾਫ਼ ਕਰਦਾ ਰਿਹਾ, ਮੈਨੂੰ ਕਮਰੇ ਦੇ ਵਿੱਚ ਬੰਦ ਵੀ ਕੀਤਾ ਜਾ ਅਤੇ ਮੇਰੇ ਨਾਲ ਮਾਰ ਕੁਟਾਈ ਵੀ ਮਤਲਬ ਹੋਈ ਹੈ। ਮਾਰ ਕੁਟਾਈ ਕੌਣ ਕਰਦਾ ਰਿਹਾ? ਦੇਖੋ ਪ੍ਰੋਪਰਲੀ ਨਾਮ ਨਹੀਂ ਦੱਸਿਆ, ਲੇਕਿਨ ਜਿਨ੍ਹਾਂ ਜਿਨ੍ਹਾਂ ਦੇ ਕੋਲ ਵੀ ਰਹਿੰਦਾ ਰਿਹਾ ਵਾ ਉਹ ਸਾਰੇ ਉਹਦੇ ਵਿੱਚ ਇਨਵੋਲਵ ਆ ਜੀ। ਦੇਖੋ ਕੁਛ ਵੀ ਆ ਉਹ ਤਾਂ ਤੁਹਾਨੂੰ ਦੱਸ ਸਕਦਾ ਵੀ ਲੱਤਾਂ, ਹਾਂ ਇੱਕ ਗੱਲ ਆ ਜੇ ਇਹਦੇ ਕੋਲ ਲੱਤਾਂ ਕਟਵਾਈਆਂ ਵਾ ਤਾਂ ਹੁਣ ਮੰਤਰੀ ਵੀ ਠੀਕ ਨਹੀਂ ਆ, ਬੰਦੇ ਦੇ ਪੁੱਤ ਬਣ ਜਾਓ ਉਹਦਾ ਬਣਦਾ ਕਦੋਂ, ਲੱਤਾਂ ਤੁਹਾਨੂੰ ਮੰਤਰੀ ਦੇ ਵੀ ਘੁੱਟਣੀਆਂ ਪੈਣੀਆਂ, ਗੱਲ ਯਾਦ ਰੱਖ ਲਿਓ, ਉਹ ਘੁਟਾਵਾਂਗੇ ਅਸੀਂ ਪਰ ਲਾਗੇ ਕੋਲ ਖਲੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਜਗਤਾਰ ਸਿੰਘ ਬਾਕਸਰ, ਨੌਜਵਾਨ ਸ਼ਕਤੀ ਦਲ ਦਾ ਪ੍ਰਧਾਨ, ਬੇਨਤੀ ਆ ਉਹਨਾਂ ਚੌਲਾਂ ਨੂੰ ਜਿਨ੍ਹਾਂ ਨੇ ਸਾਡੇ ਛੋਟੇ ਵੀਰ ਧਰਮਪ੍ਰੀਤ ਸਿੰਘ ਮੁੱਖ ਮੰਤਰੀ ਨੂੰ ਮਿਸਯੂਜ ਕੀਤਾ, ਉਹਦੇ ਨਾਲ ਉਹਨੂੰ ਇੰਟਰੋਗੇਟ ਕੀਤਾ, ਉਹਦੇ ਨਾਲ ਬਹੁਤ ਤਸ਼ੱਦਦ ਢਾਇਆ, ਉੱਤੇ ਪੁਲਿਸ ਮੁਲਾਜ਼ਮਾਂ ਨੇ ਤਾਂ ਮਾਫ਼ੀ ਵੀ ਮੰਗ ਲਈ ਆ
ਤੇ ਜੋ ਉਹਨਾਂ ਨੂੰ ਜੁਰਮਾਨਾ ਲਾਇਆ 50-50 ਹਜ਼ਾਰ ਰੁਪਇਆ ਉਹ ਵੀ ਉਹ ਦੇਣ ਨੂੰ ਤਿਆਰ ਨੇ। ਉਹ ਇੱਕ ਅੱਧੇ ਦਿਨ 'ਚ ਆਪੇ ਉਹ ਸਰਦਾਰ ਜਵਿੰਦਰ ਸਿੰਘ ਹੁਣੀ ਜਾ ਕੇ ਦਵਾਉਣਗੇ, ਉਹਦੇ ਮਾਂ ਪਿਓ ਦੇ ਕੋਲ ਜਾਣਗੇ। ਬਾਕੀ ਜਿਹੜੇ ਉਹਦੇ ਪੈਸੇ ਲੋਕਾਂ ਨੇ ਖਾਧੇ ਨੇ ਉਹਨੂੰ ਵਰਤ ਕੇ, ਉਹਦਾ ਨਾਮ ਵਰਤ ਕੇ, ਉਹਦੇ ਕੋਲ ਕੰਮ ਕਰਾਏ ਨੇ ਸਾਰੇ ਹੀ, ਉਹ ਜੇ ਬੰਦੇ ਦੇ ਪੁੱਤਾਂ ਵਾਂਗੂ ਪੈਸੇ ਦੇ ਦੇਣਗੇ, ਉਹਦਾ ਖਰਚਾ ਪੂਰਾ ਦੇ ਦੇਣਗੇ, ਚੰਗੇ ਰਹਿਣਗੇ। ਨਹੀਂ ਤਾਂ ਦੂਜੀ ਤਰ੍ਹਾਂ ਫਿਰ ਇਹਨਾਂ ਨੂੰ ਕਹਿੰਦੇ ਆ ਕਿ ਉਹ ਕੱਢਣ ਲਈ ਉਂਗਲ ਟੇਢੀ ਵੀ ਕਰਨੀ ਪੈਂਦੀ ਆ। ਫਿਰ ਸਾਨੂੰ ਜਾਇਜ਼ ਹੈ ਕਿੱਦਾਂ ਉਂਗਲ ਟੇਢੀ ਕਰਨੀ ਹੈ ਅਤੇ ਕਿੱਦਾਂ ਅਸੀਂ ਉਹਦਾ ਕੰਮ ਕਰਾਉਣਾ। ਉਹਨਾਂ ਨੇ ਉਹਨੂੰ ਇੱਦਾਂ ਵਰਤਿਆ, ਉਹਦਾ ਘਰ ਨਹੀਂ ਬਣਾਇਆ, ਉਹ ਨਹੀਂ ਤਾਂ ਰੌਲੇ ਪਾਏ ਆ ਵੀ ਅਸੀਂ ਉਹਦਾ ਘਰ ਬਣਾਉਣ ਡਏ ਹਾਂ ਜੀ, ਉਹਦਾ ਆਹ ਕਰਨ ਡਏ ਹਾਂ। ਤੁਸੀਂ ਜਾ ਕੇ ਵੇਖ ਸਕਦੇ ਹੋ, ਉਹਦਾ ਘਰ ਮਾੜਾ ਜਿਹਾ ਪਲਸਤਰ ਕੀਤਾ ਵਾ ਇੱਕ ਕਮਰਾ, ਅਤੇ ਬਾਕੀ ਸਾਰਾ ਕੱਚਾ। ਉਹਦੀ ਮਾਤਾ ਵੀ, ਉਹਨਾਂ ਦੇ ਘਰ ਰਾਸ਼ਨ ਤੱਕ ਨਹੀਂ ਹੈਗਾ, ਉਹ ਮਹਾਂਪੁਰਖਾਂ ਨੇ ਰਾਸ਼ਨ ਭੇਜਿਆ, ਬਾਬਾ ਮੇਜਰ ਸਿੰਘ ਸੋਢੀ ਸਾਹਿਬ ਨੇ, ਬਾਕੀ ਹੋਰ ਸੰਗਤਾਂ ਨੇ ਵੀ ਸੇਵਾ ਕੀਤੀ ਆ। ਉਹਨਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੇ ਜਿਨ੍ਹਾਂ ਨੇ ਉਹਨੂੰ ਮਿਸਯੂਜ਼ ਕੀਤਾ? 15 ਦਿਨ ਟਾਈਮ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੇ ਉਹਨੂੰ ਮਿਸਯੂਜ਼ ਕੀਤਾ ਵਾ, ਭਾਵੇਂ ਉਹ ਸੋਨੀਆ ਮਾਨ ਆ ਅਤੇ ਭਾਵੇਂ ਕੋਈ ਜਿਹੜਾ ਮਰਜ਼ੀ ਆ, ਅਸੀਂ ਉਹਨੂੰ 15 ਦਿਨਾਂ ਦਾ ਟਾਈਮ ਦਿੰਦੇ ਹਾਂ ਵੀ ਤੁਸੀਂ ਆਪਣਾ ਜੋ ਉਹਦਾ ਹੱਕ ਹਕੂਕ ਬਣਦਾ ਬਰਾਏ ਮਿਹਰਬਾਨੀ ਜਾ ਕੇ ਤੁਸੀਂ ਆਪ ਉਹਦੀ ਮਾਤਾ ਪਿਤਾ ਨੂੰ ਦਿਓ, ਨਾ ਕਿ ਕਿਸੇ ਨੂੰ ਵਿੱਚ ਪਾ ਕੇ। ਜੇ ਤੁਸੀਂ ਉਹਦਾ ਬਣਦਾ ਹੱਕ ਹਕੂਕ ਨਹੀਂ ਦਿਓਗੇ ਤਾਂ ਫਿਰ ਸਾਨੂੰ ਉਂਗਲ ਕਿਹੜੀ ਕਰਨੀ ਆਉਂਦੀ ਹੈ ਅਤੇ ਜਗਤਾਰ ਬੋਕਸਰ ਮੇਰਾ ਨਾਂ ਜੇ। ਇੰਨੀਆਂ ਹੀ ਬੇਨਤੀਆਂ ਕਰਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੋਂ ਪਹਿਲਾਂ ਤਾਂ ਧਰਮਪ੍ਰੀਤ ਉਰਫ ਜਿਹਨੂੰ ਮੁੱਖ ਮੰਤਰੀ ਕਿਹਾ ਜਾਂਦਾ, ਉਹ ਵੀਰ ਨੂੰ ਬੜਾ ਲੰਮਾ ਸਮਾਂ ਜਿਹੜਾ ਸਾਰਿਆਂ ਨੇ ਯੂਜ਼ ਕੀਤਾ, ਜਿਹੜੀ ਕੰਪਨੀ ਨਾਲ ਕੰਮ ਕਰਦਾ ਸੀ, ਚਾਹੇ ਉਹ ਕੋਈ ਗਾਇਕ ਸੀਗੇ। ਦੁੱਖ ਦੀ ਗੱਲ ਹੈ ਕਿ ਗੱਲ ਜ਼ਬਾਨ 'ਚੋਂ ਉਨੀ ਕੱਢਣੀ ਚਾਹੀਦੀ ਜਿਹੜੀ ਆਪਾਂ ਪੂਰੀ ਕਰ ਸਕੀਏ। ਕਦੀ ਵੀ ਜ਼ਬਾਨ 'ਚੋਂ ਉਹ ਲਫ਼ਜ਼ ਨਹੀਂ ਕੱਢਣੇ ਚਾਹੀਦੇ ਜਿਹੜੇ ਆਪਾਂ ਕਿਸੇ ਵੀ, ਵੇਖੋ ਅੱਜ ਉਸ ਗਰੀਬ ਪਰਿਵਾਰ ਦਾ ਮਜ਼ਾਕ ਨਹੀਂ ਉਡਾਇਆ ਗਿਆ ਅੱਜ, ਜਦੋਂ ਉਹਨੇ ਤਾਂ ਸਾਹਮਣੇ ਆਉਣਾ ਹੀ ਨਹੀਂ ਸੀ ਕਿ ਉਸਦੇ ਹਾਲਾਤ ਕੈਸੇ ਹੋ ਗਏ ਵਿਚਾਰੇ ਦੇ ਘਰ ਦੇ ਵੀ ਅਤੇ ਉਹਦੇ ਆਪਣੇ ਵੀ, ਕਿ ਜਦੋਂ ਉਹਦੇ ਕੇਸਾਂ ਦੀ ਬੇਅਦਬੀ ਹੋਈ ਅਤੇ ਅੱਜ ਪੂਰੇ ਪੰਜਾਬ ਦੇ ਲਈ, ਪੂਰੇ ਵਿਸ਼ਵ ਦੇ ਵਿੱਚ ਜਿਹੜੇ ਸਿੱਖ ਕੌਮ ਆ, ਉਹ ਚੜ੍ਹਦੀ ਕਲਾ ਵਾਲੇ ਜਿਹੜੇ ਲੋਕ ਆ, ਉਹਨਾਂ ਸਾਰਿਆਂ ਨੂੰ ਦਰਦ ਹੋਇਆ। ਪਰ ਦੁੱਖ ਦੀ ਗੱਲ ਇਹ ਆ ਕਿ ਜੇ ਉਹਨਾਂ ਲੋਕਾਂ ਨੂੰ ਦਰਦ ਹੋਇਆ ਜਿਹੜੇ ਦੂਰ ਦੇਸ਼ਾਂ ਵਿਦੇਸ਼ਾਂ 'ਚ ਬੈਠੇ, ਤਾਂ ਇਹਨਾਂ ਨੂੰ ਦਰਦ ਕਿਉਂ ਨਹੀਂ ਹੋਇਆ ਜਿਹੜੇ ਬੰਦਿਆਂ ਨੇ ਉਹਨੂੰ ਵਿਚਾਰੇ ਨੂੰ ਚੰਡੀਗੜ੍ਹ ਖੜ੍ਹ ਕੇ ਵੱਡੇ ਵੱਡੇ ਸੁਪਨੇ ਵਿਖਾ ਤੇ, ਕਮ ਸੇ ਕਮ ਉਹਦਾ ਘਰ ਤਾਂ ਬਣਾ ਦਿੰਦੇ, ਉਹਦਾ ਇਲਾਜ ਤਾਂ ਕਰਾ ਦਿੰਦੇ। ਕਿਉਂਕਿ ਜਦੋਂ ਆਪਾਂ ਕੋਈ ਵੀ ਕਮਿੰਟਮੈਂਟ ਕਰਕੇ ਪੂਰੀ ਨਹੀਂ ਕਰਦੇ ਤਾਂ ਉਹ ਫਿਰ ਬੰਦਾ ਡਿਪਰੈਸ਼ਨ 'ਚ ਹੀ ਜਾਂਦਾ, ਅਤੇ ਉਹੀ ਕੰਮ ਉਹਦੇ ਨਾਲ ਹੋਇਆ, ਉਹ ਡਿਪਰੈਸ਼ਨ 'ਚ ਚਲ ਗਿਆ। ਔਰ ਦੁੱਖ ਦੀ ਗੱਲ ਆ ਕਿ ਜਿਹੜੀ ਘਟਨਾ ਵਾਪਰੀ ਆ, ਜੋੜਨ ਵਾਲੇ ਅਤੇ ਤੋੜਨ ਵਾਲੇ ਬਹੁਤ ਜ਼ਿਆਦਾ ਹੁੰਦੇ ਨੇ, ਔਰ ਜਿਹੜੇ ਜੋੜਨ ਵਾਲੇ ਉਹ ਬਹੁਤ ਘੱਟ ਹੁੰਦੇ ਨੇ। ਉਹ ਸਾਡੇ ਭਰਾ ਨੇ, ਦਵਿੰਦਰ ਵੀਰ ਨੇ, ਔਰ ਜਗਤਾਰ ਭਾਅ ਜੀ ਨੇ, ਔਰ ਦਸ਼ਮੇਸ਼ ਤਰਨਾ ਦਲ ਦੇ ਮੁਖੀ ਬਾਬਾ ਮੇਜਰ ਸਿੰਘ ਸੋਢੀ, ਉਹਨਾਂ ਬਹੁਤ ਸੋਹਣਾ ਉਪਰਾਲਾ ਕੀਤਾ ਮੁਲਾਜ਼ਮਾਂ ਨੂੰ ਬੁਲਾ ਕੇ, ਉੱਥੇ ਚਲੋ
ਮੁਲਾਜ਼ਮਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਵੀ ਜੇ ਉਹਨਾਂ ਨੇ ਗਲਤੀ ਮੰਨੀ ਤਾਂ ਅੱਜ ਕੱਲ੍ਹ ਮੇਰੇ ਹਿਸਾਬ ਨਾਲ ਪਹਿਲਾਂ ਹੀ ਵੇਖਿਆ ਕੰਮ ਮੈਂ ਜੇ ਕਿਤੇ ਮੁਲਾਜ਼ਮਾਂ ਗਲਤੀ ਮੰਨੀ ਇਹ ਵੀ ਨਹੀਂ ਮੰਨਦੇ ਕਿਤੇ ਗਲਤੀ। ਚਲੋ ਉਹਨਾਂ ਨੂੰ ਵੀ ਅਹਿਸਾਸ ਹੋਇਆ ਵੀ ਕਿਤੇ ਨਾ ਕਿਤੇ ਉਹ ਬੱਚਾ ਜਿਹੜਾ ਵਾ ਉਦੋਂ ਕੋਈ ਪ੍ਰੋਬਲਮ ਸੀ, ਡਿਪਰੈਸ਼ਨ 'ਚ ਸੀ, ਅਤੇ ਇਸ ਕਰਕੇ ਇਹਨਾਂ ਨੇ ਜਿਹੜਾ ਰਾਜ਼ੀਨਾਮਾ ਕਰਵਾ ਦਿੱਤਾ ਆਪਸ ਦੇ ਵਿੱਚ ਉਹ ਬਹੁਤ ਵਧੀਆ ਕੀਤਾ। ਔਰ ਦੂਜੀ ਗੱਲ ਹੁਣ ਆਪਾਂ ਉਸ ਗੱਲ 'ਤੇ ਆਈਏ ਕਿ ਜਿਹੜਾ ਉਹਦਾ ਹੱਕ ਬਣਦਾ, ਜੋ ਕੁਛ ਉਹਦੇ ਨਾਲ ਕੀਤਾ ਉਹਨੂੰ ਘਰੇ ਛੱਡ ਕੇ ਜਾਣਾ ਸੀ ਅਤੇ ਦੱਸ ਕੇ ਜਾਂਦੇ, ਇੱਦਾਂ ਨਹੀਂ ਜਾਣਾ ਚਾਹੀਦਾ। ਹੁਣ ਉਹਨੂੰ ਦੱਸ ਕੇ ਨਹੀਂ ਗਏ, ਉੱਦਾਂ ਵਿਚਾਰੇ ਨੂੰ ਉਹਨੂੰ ਮਹੀਨੇ ਦੀ ਘਰੇ ਘੱਲਤਾ, ਅਤੇ ਪਰ ਹੁਣ ਉਹ ਜਿਹੜੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਉਹ ਤੁਹਾਨੂੰ ਦਵਿੰਦਰ ਵੀਰ ਨੇ ਦੱਸਤਾ ਵੀ ਉਹਨੂੰ ਇੱਕ ਦਿਨ 'ਚ ਤਿੰਨ ਤਿੰਨ ਚਾਰ ਚਾਰ ਵਾਰੀ ਜਿਹੜੇ ਦੌਰੇ ਪੈ ਜਾਂਦੇ ਆ। ਇਕੱਲਾ ਇਕੱਲਾ ਉਹਨਾਂ ਦਾ ਪੁੱਤ ਆ, ਜਿੰਨੇ ਜੋਗੇ ਹੈਗੇ ਆ ਸਾਰੇ ਅਸੀਂ ਰਲ ਮਿਲ ਕੇ ਇਲਾਜ ਕਰਵਾਉਣ ਡਿਆ, ਐਡਾ ਥੱਬਾ ਦਵਾਈਆਂ ਦਾ ਵਾ। ਜਦੋਂ ਸੜਕ 'ਤੇ ਨਿਕਲਦਾ ਤਾਂ ਲੋਕ ਚਾਹੁਣ ਵਾਲੇ ਤਾਂ ਬੜੇ ਮਿਲਦੇ ਆ, ਪਰ ਮਦਦ ਵਾਲੇ ਬਹੁਤ ਘੱਟ ਮਿਲਦੇ ਉਹਨੂੰ। ਔਰ ਮੇਰੀ ਬੇਨਤੀ ਹੈ ਜਿੰਨੇ ਵੀ ਮਦਦ ਕਰਨੀ ਉਸਦੇ ਪਰਿਵਾਰ ਦੇ ਕੋਲ ਸਿੱਧਾ ਜਾ ਕੇ ਉਸਦੀ ਮਦਦ ਕਰੇ। ਔਰ ਦੂਜਾ ਜਿਹੜਾ ਉਹ ਕੰਪਨੀ ਦੇ ਨਾਲ ਉਹਦਾ ਮੈਟਰ ਸੀਗਾ ਉਹ ਬਹਿ ਕੇ ਕਲੀਅਰ ਕਰ ਲੈਣਗੇ, ਚੰਗੀ ਗੱਲ ਆ, ਕਿਉਂਕਿ ਰੌਲਾ ਪੈਂਦਾ ਜਦੋਂ ਫਿਰ ਪੈਂਦਾ ਹੀ ਆ। ਹੁਣ ਜਿਹੜੇ ਬੰਦੇ ਉਹਨੂੰ ਸਾਂਭ ਰਹੇ ਆ, ਜਿਹੜੇ ਬੰਦੇ ਲੈ ਕੇ ਆਏ ਆ, ਇਹਨਾਂ ਨੂੰ ਹਰ ਬੰਦੇ ਦਾ ਹੀ ਸਵਾਲ ਆ, ਇਹਨਾਂ ਦਾ ਸਵਾਲ ਨਹੀਂ ਆਏ, ਇਹਨਾਂ ਦਾ ਕੋਈ ਕੰਪਨੀ ਨਾਲ ਨਹੀਂ ਆ ਕੋਈ ਲੜਾਈ। ਇਹਨਾਂ ਨੂੰ ਲੋਕ ਕਹਿੰਦੇ ਆ ਵੀ ਜਿਨ੍ਹਾਂ ਨੇ ਉਹਨੂੰ ਯੂਜ਼ ਕੀਤਾ ਵਾ ਉਹਨਾਂ ਦਾ ਕੀ ਕੀਤਾ। ਇਸ ਕਰਕੇ ਬਹਿ ਕੇ ਇਹਨਾਂ ਦੇ ਨਾਲ ਜਿੱਥੇ ਵੀ ਗੱਲ ਕਰਕੇ ਆਮੋ ਸਾਹਮਣੇ ਜੋ ਉਹਦਾ ਹੱਕ ਬੰਦੇ ਬੱਚੇ ਦਾ ਬਣਦਾ ਉਹਨੂੰ ਦਿੱਤਾ ਜਾਵੇ, ਇਹੀ ਇਨਸਾਫ ਆ। ਨਹੀਂ ਤਾਂ ਫਿਰ ਉਹਨਾਂ ਦੱਸਦਾ ਵਾ ਜਿੱਥੇ ਭਰਾਵਾਂ ਦੇ ਨਾਲ ਖੜਨ ਦੀ ਲੋੜ, ਜਿੱਥੇ ਆਵਾਜ਼ ਦੇਣਗੇ ਅਸੀਂ ਇਹਨਾਂ ਦੇ ਨਾਲ ਹਾਂ। ਇਸ ਕਰਕੇ ਤੁਹਾਡੇ ਜ਼ਰੀਏ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਜੋ ਉਹਦਾ ਮੁੱਖ ਮੰਤਰੀ ਦਾ ਹੱਕ ਬਣਦਾ ਉਹਨੂੰ ਦਿੱਤਾ ਜਾਵੇ। ਧੰਨਵਾਦ।